ਆਪਾਂ ਵੀਰੇ ਫੋਟੋ ਸ਼ੂਟ ਦਾ ਓਨਲੀ ਸਿਰਫ 5000 ਰੁਪਏ ਰੱਖਿਆ। ਇਹ ਟਰੈਕਟਰ, ਜੀਪ, ਬੋਲਟ ਸਾਰਾ ਕੁਝ ਵੀਰੇ ਇਹਦੇ ਵਿੱਚ ਮਿਲੂਗਾ। ਤੇ ਆ ਜਿਹੜੇ ਇਹ ਗੇਟ ਨੇ ਠੀਕ ਹੈ ਜੀ। ਇਹ ਵੀ ਸਾਰੇ ਕੋਕਿਆਂ ਵਾਲੇ ਪੁਰਾਣੇ ਇਸ ਤਰ੍ਹਾਂ ਦੇ ਗੇਟ ਨੇ ਵੀਰੇ। ਠੀਕ ਹੈ ਜੀ। ਤੇ ਆਪਣੇ ਵੱਲੋਂ ਇਸ ਸਾਲ ਇਹ ਵੀਰ ਹੋਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ ਵੀਰੇ। ਠੀਕ ਹੈ ਜੀ। ਬਹੁਤ ਵਧੀਆ ਸੋਚ ਆ ਵੀ ਤੁਹਾਡੀ ਇਹ। ਅੰਦਰ ਸਾਰੇ ਆਪਾਂ ਜਿਵੇਂ ਲਾਇਬ੍ਰੇਰੀ, ਬੈਡਰੂਮ, ਪਿਆਨੋ, ਬੀਅਰਵਾਰ ਇਹ ਸਾਰੇ ਆਪਾਂ ਸੈੱਟ ਅੰਦਰ ਤਿਆਰ ਕੀਤੇ ਨੇ ਵੀਰੇ। ਨੀਓ ਵਾਈਟ ਜਿਵੇਂ ਉਹ ਰੂਸ ਵਾਲਾ ਸੈੱਟ ਆ ਵੀਰੇ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਬਹੁਤ ਸੋਹਣੀ ਪ੍ਰੀ-ਵੈਡਿੰਗ ਸ਼ੂਟ ਲੋਕੇਸ਼ਨ ਲੈ ਕੇ ਆਏ ਆ ਹੈਵਨ ਪਿਕਚਰ ਲੋਕੇਸ਼ਨ ਤੇ ਪਹੁੰਚੇ ਹੋਏ ਆ ਵੀਰ ਉਹਦੇ ਕੋਲੇ ਤੇ ਸਭ ਤੋਂ ਵੱਡੀ ਗੱਲ ਲੋਕੇਸ਼ਨਾਂ ਹੋਰ ਵੀ ਬਹੁਤ ਬਣੀਆਂ ਨੇ ਪੰਜਾਬ ਦੇ ਵਿੱਚ ਪਰ ਜੋ ਇਹਨਾਂ ਦਾ ਰੇਟ ਹੈ ਉਹ ਜਾਣ ਕੇ ਹੈਰਾਨੀ ਹੋ ਜੂਗੀ ਤੇ ਉਹ ਗੱਲਬਾਤ ਆਪਾਂ ਵੀਰ ਤੋਂ ਜਾਣਾਂਗੇ ਤੇ ਕਰਦੇ ਆ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਲੋਕੇਸ਼ਨ ਜ਼ਰੂਰ ਦੱਸੋ ਪਹਲਾ ਦਰਸ਼ਕ ਮੇਰਾ ਨਾਮ ਵੀਰੇ ਸਰਪਜੀਤ ਆ ਆਪਣੀ ਜਿਹੜੀ ਇਹ ਲੋਕੇਸ਼ਨ ਆ ਜ਼ਿਲ੍ਹੇ ਬਰਨਾਲੇ ਚ ਵੀਰੇ ਤਣਾਉਲੇ ਦੀਵ ਘਟਾਬਾ ਬਹੁਤ ਫੇਮਸ ਆ ਉਤੋਂ ਤਣਾਉਲਾ ਪੀਖੀ ਰੋਡ ਤੇ ਵੀਰੇ ਹੈਪੀਨਿਕਚਰ ਲੋਕੇਸ਼ਨ ਆ ਇਹਦਾ ਨਾਮ ਆਗਾ ਕਾਲੀ ਕੀ ਪਿੰਡ ਇਹ ਲੋਕੇਸ਼ਨ ਬਣੀ ਹੈ ਠੀਕ ਆ ਬਾਈ ਜੀ ਬਾਈ ਜੀ ਇੱਕ ਜਿਵੇਂ ਮੈਂ ਤੁਹਾਡੇ ਨਾਲ ਬੁਕਸ ਦੇਖੇ ਬਿੱਲ ਬੁੱਕ ਦੇਖੇ ਰੇਟ ਦੇਖ ਕੇ ਮੈਂ ਹੈਰਾਨ ਸੀਗਾ ਹੁਣ ਦਰਸ਼ਕਾਂ ਨੂੰ ਵੀ ਹੈਰਾਨ ਕਰ ਦੋ ਰੇਟ ਕਿੰਨੇ ਕਿੰਨੇ ਕਿਉਂਕਿ ਵੀਰੇ ਜਿਹੜੀਆਂ ਆ ਆਮ ਲੋਕੇਸ਼ਨਾਂ ਤੇ ਜਾਣਦੇ ਆ ਉਹਨਾਂ ਦਾ ਨੋਰਮਲ ਹੀ ਰੇਟ 25 ਤੋਂ 30000 ਰੁਪਿਆ ਤਾਂ ਨੋਰਮਲ ਹੀ ਰੇਟ ਹੁੰਦਾ ਜੀ ਬਾਈ ਉਹਦੇ ਵਿੱਚ ਜੀਪ ਦੇ ਅਲੱਗ ਲੈ ਲੈਂਦੇ ਨੇ ਘੋੜੀ ਦੇ ਅਲੱਗ ਲੈ ਲੈਂਦੇ ਨੇ ਟਰੈਕਟਰ ਦੇ ਅਲੱਗ ਸਾਰੀ ਐਸੈਸਰੀ ਦੇ ਅਲੱਗ ਆਪਾਂ ਵੀਰੇ ਫੋਟੋ ਸ਼ੂਟ ਦਾ ਓਨਲੀ ਸਿਰਫ 5000 ਰੁਪਏ ਰੱਖਿਆ ਜੀ ਟਾਈਮਿੰਗ ਸਵੇਰੇ 8 ਤੋਂ ਰਾਤ 8 ਵਜੇ ਤੱਕ ਤੁਹਾਨੂੰ 12 ਘੰਟੇ ਮਿਲਣਗੇ ਘੋੜੀ ਟਰੈਕਟਰ ਜੀਪ ਬੋਲਟ ਸਾਰਾ ਕੁਝ ਵੀਰੇ ਇਹਦੇ ਵਿੱਚ ਮਿਲੂਗਾ ਵਿੱਚ ਮਿਲੂਗਾ ਵਿੱਚ ਮਿਲੂਗਾ ਜੇ ਨਾਲ ਵੀਡੀਓ ਸ਼ੂਟ ਆ ਦੋਨੇ ਚੀਜ਼ਾਂ ਫਿਰ 7000 ਰੁਪਏ ਹੁੰਦਾ ਵੀਰੇ ਸਾਰੀ ਐਸੈਸਰੀ ਵਿੱਚ ਮਿਲੂਗੀ ਵੀਰੇ ਦੇਖ ਠੀਕ ਹੈ ਜੀ ਬਾਕੀ ਇੱਥੇ ਕੰਟੀਨ ਬਣੀ ਹੋਈ ਆ ਵੀਰੇ ਕੰਟੀਨ ਤੇ ਤੁਸੀਂ ਚਾਹ 커피 ਕੁਛ ਵੀ ਖਾਣਾ ਪੀਣਾ ਉਹ ਉਹ ਵੀ ਤੁਹਾਨੂੰ ਖਾਣ ਪੀਣ ਨੂੰ ਮਿਲੂਗਾ ਵੀਰੇ ਠੀਕ ਹੈ ਜੀ ਤੇ ਰੂਮ ਵਗੈਰਾ ਇੱਥੇ ਬਣੇ ਹੋਏ ਹਨ ਜਿਵੇਂ ਆਪਾਂ ਦੇਖ ਰਹੇ ਹਾਂ ਨਾ ਵੀ ਸਾਰਾ ਸਭ ਇਹ ਮੈਂ ਦੱਸਣਾ ਭੁੱਲ ਗਿਆ ਵੀਰੇ ਰੂਮ ਵੀ ਵਿੱਚੇ ਹੋਊਗਾ ਇੰਨੇ ਪੈਸਿਆਂ ਦੇ ਘੈਂਟਾ ਖੁੰਡਾ ਕੋਈ ਬਲੈਕ ਵਾਈਟ ਲੋਈ ਇਹ ਸਾਰੀ ਐਸੈਸਰੀ ਵੀ ਇੰਨੇ ਪੈਸਿਆਂ ਦੇ ਤੁਹਾਨੂੰ ਵਿੱਚ ਹੀ ਇਨਕਲੂਡਡ ਹੋਊਗੀ ਵੀਰੇ ਠੀਕ ਆ ਬਈ ਹਾਂਜੀ ਵੀਰੇ ਆਜੋ ਬਈ ਕਰਦੇ ਗੱਲਬਾਤ ਤੇ ਲੋਕੇਸ਼ਨ ਦਿਖਾਉਣੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਬਾਈ ਜੀ ਬਹੁਤ ਵਧੀਆ ਲੱਗਿਆ ਤੁਸੀ ਇਹ ਏਰੀਆ ਦੇ ਵਿੱਚ ਇਹ ਚੀਜ਼ ਬਣਾਈ ਆ ਤੇ ਸਭ ਤੋਂ ਵੱਡੀ ਗੱਲ ਤੁਹਾਡੀ ਇਹ ਖਾਸ ਲੱਗੀ ਵੀ ਬਹੁਤ ਘੱਟ ਰੇਟ ਤੇ ਤੁਸੀ ਜਿਹੜਾ ਪ੍ਰੀ-ਵੈਡਿੰਗ ਸ਼ੂਟ ਦਾ ਲੋਕਾਂ ਸੁਪਨਾ ਪੂਰਾ ਕਰਦੇ ਹੋ ਤੇ ਬਾਈ ਇਹ ਕਿਹੜਾ ਪਾਰਟ ਆ ਇਹਨਾਂ ਲੋਕੇਸ਼ਨ ਦਾ ਇਹ ਇਹ ਸਾਰਾ ਜੈਪੁਰੀ ਪਾਰਟ ਆ ਵੀਰੇ ਆਪਾਂ ਜਿਵੇਂ ਰਾਜਸਥਾਨ ਦਾ ਜੈਪੁਰੀ ਟੱਚ ਇੱਥੇ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਆ ਕਿ ਸਾਜ ਉਮਰ ਲੱਗੇ ਨੇ ਸਾਰੀਆਂ ਗਲਾਈਆਂ ਇਹ ਵਾਲੀਆਂ ਸਾਰਾ ਜੈਪੁਰੀ ਟੱਚ ਆ ਵੀ ਬਹੁਤ ਸੋਹਣਾ ਬਣਾਇਆ ਬਾਈ ਹਨਾ ਹਾਂਜੀ ਵੀਰੇ ਹਾਂਜੀ ਠੀਕ ਆ ਬਾਈ ਇਦੇ ਅੰਦਰ ਵੀ ਬਈ ਕੁਝ ਲੁੱਕ ਦਿੱਤੀ ਹੈ ਲਾ ਕੇ ਚੀਜ਼ ਦਿੱਤੀ ਹੈ ਹਾਂਜੀ ਹਾਂਜੀ ਵੀਰੇ ਅੰਦਰ ਸਾਰੇ ਆਪਾਂ ਜਿਵੇਂ ਲਾਇਬ੍ਰੇਰੀ ਬੈਡਰੂਮ ਪਿਆਨੋ ਬੀਅਰਵਾਰ ਇਹ ਸਾਰੇ ਆਪਾਂ ਸੈਟ ਅੰਦਰ ਤਿਆਰ ਕੀਤੇ ਨੇ ਵੀਰੇ ਠੀਕ ਹੈ ਜੀ ਹਾਂਜੀ ਮਤਲਬ ਸਾਰਾ ਜੋ ਵੀ ਕਹਿੰਦੇ ਹੁੰਦਾ ਵੀ ਇੱਕ ਜ਼ਰੂਰਤ ਹੈ ਅੱਜ ਦੇ ਟਾਈਮ ਦੇ ਹਿਸਾਬ ਨਾਲ ਜੋ ਪ੍ਰੀ-ਵੈਡਿੰਗ ਸ਼ੂਟ ਕਰਦੇ ਨੇ ਮਾਡਰਨ ਤੇ ਪ੍ਰਾਤਨ ਹਰ ਇੱਕ ਚੀਜ਼ ਰੱਖੀ ਹੈ ਨਾ ਬਈ ਹਰ ਇੱਕ ਚੀਜ਼ ਰੱਖਣ ਦੀ ਕੋਸ਼ਿਸ਼ ਹੈ ਠੀਕ ਹੈ ਜੀ ਦੇਖੋ ਦਰਸ਼ਕ ਵੀਰੋ ਜਿਵੇਂ ਬਾਈ ਉਹਨਾਂ ਨੇ ਇੱਧਰ ਪੂਰਾ ਲਾਇਆ ਇੱਧਰ ਬੀਅਰਵਾਰ ਵਗੈਰਾ ਦਾ ਪੂਰਾ ਸੈਟਅਪ ਬਣਾਇਆ ਹੋਇਆ ਤੇ ਇਹ ਬਈ ਇਹ ਵੀਰੇ ਪੈਸੇ ਦੇ ਅੰਦਰ ਇਹਦੇ ਅੱਗੇ ਕੁਰਸੀਆਂ ਧਰ ਕੇ ਉਹਦੀ ਸ਼ੂਟ ਹੋ ਜਾਂਦਾ ਹੈ ਵੀਰੇ ਠੀਕ ਹੈ ਜੀ ਠੀਕ ਹੈ ਬਈ ਸਾਰਾ ਜਿਵੇਂ ਬੈਡਰੂਮ ਇਹ ਉਹਦੇ ਵਾਲਾ ਵੀਰੇ ਇਹ ਬੈਡਰੂਮ ਵਾਲਾ ਆ ਗਿਆ ਹਣਾ ਬਈ ਹਾਂਜੀ ਹਾਂਜੀ ਬਹੁਤ ਸੋਹਣਾ ਬਈ ਤੁਸੀਂ ਸੈਟਅਪ ਕੀਤਾ ਹੋਇਆ ਹੈਗਾ ਤੇ ਬਾਰੋਂ ਨਹੀਂ ਲੱਗਦਾ ਹੈਗਾ ਹਾਲ ਦੇਖ ਕੇ ਵੀ ਪਤਾ ਨਹੀਂ ਕੀ ਹੈ ਨਾ ਕੱਲੀ-ਕੱਲੀ ਚੀਜ਼ ਤੁਸੀਂ ਇਹ ਲਾਇਬ੍ਰੇਰੀ ਆ ਗਈ ਬਈ ਹਣਾ ਦੇਖੋ ਜੀ ਤੇ ਦੋਸਤੋ ਤੁਹਾਡੇ ਜੋ ਵੀ ਪ੍ਰੀ-ਵੈਡ ਸ਼ੂਟ ਕਰਨਾ ਚਾਹੁੰਦਾ ਹੈ ਮਤਲਬ ਜੇ ਆਪਾਂ ਬਈ ਮੇਨ ਕਰੀ ਹਣਾ ਬਠਿੰਡਾ ਸੰਗਰੂਰ ਮਾਨਸਾ ਬਰਨਾਲਾ ਆਹ ਲੋਕੇਸ਼ਨ ਤਾਂ ਬਿਲਕੁਲ ਪਰਫੈਕਟ ਲੋਕੇਸ਼ਨ ਆ ਗਈ ਹਣਾ ਹ ਤੇ ਬਈ ਹੋਰ ਕਿਹੜੇ ਕਿਹੜੇ ਬਣੇ ਹੋਏ ਨੇ ਆਪਣਾ ਲੋਕੇਸ਼ਨ ਸਾਰੀਆਂ ਆਪਾਂ ਦਰਸ਼ਕਾਂ ਨੂੰ ਦਿਖਾ ਦੇ ਇੱਕ ਵਾਰ ਬਈ ਜੀ ਇਹ ਕਿਹੜਾ ਪਾਰਟ ਆ ਗਿਆ ਇਹ ਸਾਰਾ ਵੀਰੇ ਆਪਾਂ ਯੂਰਪ ਟੱਚ ਦੇਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਯੂਰਪ ਦੇ ਵਿੱਚ ਇਸ ਤਰ੍ਹਾਂ ਹੁੰਦਾ ਉਵੇਂ ਸਾਰਾ ਆਪਾਂ ਹੀ ਲਾਈਟਿੰਗ ਲਾ ਕੇ ਸਾਰਾ ਯੂਰਪ ਟੱਚ ਦੇਣ ਦੀ ਕੋਸ਼ਿਸ਼ ਕੀਤੀ ਆ ਇਹ ਵਿੰਡੋ ਵਗੈਰਾ ਉਹ ਮੇਰੇ ਕੀ ਮਤਲਬ ਹੈ ਇਹ ਬਰਗਰ ਵਾਰ ਫਿਰ ਇਹ ਸਾਰਾ ਉਹ ਮੈਜਿਕ ਕੈਫੇ ਸਾਰਾ ਕੁਝ ਹੀ ਆਪਾਂ ਕੋ ਦੇਨ ਦੀ ਕੋਸ਼ਿਸ਼ ਹੈ। ਇਹ ਮਤਲਬ ਕਹਿ ਸਕਦੇ ਆਂ ਵੀ ਬਾਹਰਲੇ ਦੇਸ਼ ਚ ਆ ਕੇ ਸਮਝ ਲਓ। ਜਦੋਂ ਰਾਤ ਨੂੰ ਲਾਈਟਿੰਗ ਚੱਲਦੀ ਹੈ ਇਹ ਵਧੀਆ ਲੱਗਦੀ ਹੈ ਵੀਰੇ। ਠੀਕ ਹੈ ਜੀ। ਹਾਂਜੀ ਹਾਂਜੀ। ਆ ਵੀ ਬਹੁਤ ਸੋਹਣਾ ਹੈ ਨਾ ਬਈ ਲੋਕੇਸ਼ਨ ਦਾ ਇਧਰੋਂ ਵੀ ਪਾਰ ਦੇਖ ਸਕਦੇ ਆ। ਆ ਟਾਕੀਆਂ ਦਾ ਪ੍ਰੋਜੈਕਟ ਵੀ ਬਹੁਤ ਸੋਹਣਾ ਹੈਗਾ। ਹਾਂਜੀ ਹਾਂਜੀ। ਤੇ ਕਲਰ ਵੀ ਤੁਸੀਂ ਕਲਰ ਮੈਚਿੰਗ ਹਰ ਇੱਕ ਚੀਜ਼ ਬਈ ਪਰਫੈਕਟ ਕੀਤੀ ਹੈ ਨਾ ਕੋਸ਼ਿਸ਼। ਹਾਂਜੀ ਹਾਂਜੀ ਵੀਰੇ ਆਪਣੇ ਵੱਲੋਂ ਪਰਫੈਕਟ ਕਰਨ ਦੀ। ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਆਪਣੇ ਸਟਾਰਟ ਕੀਤੇ ਨੂੰ ਨਾਲ ਨਾਲ? ਇਹਨੂੰ 3 ਸਾਲ ਹੋ ਗਏ ਵੀਰੇ। ਠੀਕ ਹੈ ਜੀ। ਹਾਂਜੀ ਹਾਂ ਤੇ ਹੋਰ ਇਹਦੇ ਵਿੱਚ ਇੱਕ ਪਰਾਤਨ ਵੀ ਤੁਸੀਂ ਦੱਸਦ ਰਹੀ ਨੇ ਪਰਾਤਨ ਬਹੁਤ ਸੋਹਣਾ ਬਣਾਇਆ ਉਧਰ ਆਪਾਂ ਵੀਰੇ ਚਾਰ ਕੱਚੇ ਘਰ ਬਣਾਏ ਹੋਏ ਨੇ ਠੀਕ ਹੈ ਜੀ ਇੱਕ ਬਈ ਇਧਰ ਤੁਸੀਂ ਸਿੱਧੂ ਮਸੇਵਾਲੇ ਬਾਈ ਦੀ ਵੀ ਹਨਾ ਬਣਾਈ ਹੋਈ ਆ ਫੋਟੋ ਤੇ ਉਹ ਵੀ ਦਿਖਾਈਏ ਦਰਸ਼ਕਾਂ ਨੂੰ ਇੱਥੇ ਤੁਸੀਂ ਬਾਈ ਸਿੱਧੂ ਮਸੇਵਾਲੇ ਦੀ ਬਹੁਤ ਸੋਹਣੀ ਮਤਲਬ ਕਹਿੰਦੇ ਨੇ ਪੇਂਟਿੰਗ ਕਰਵਾਈ ਹੋਈ ਆ ਤੇ ਇਹਨੇ ਇਹ ਬਾਈ ਕਿਵੇਂ ਆਇਆ ਆਈਡੀਆ ਇਹ ਵੀਰੇ ਇੱਕ ਤਾਂ ਆਪਾਂ ਵੀਰ ਹੋਰਾਂ ਨੂੰ ਸਰਧਾਂਜਲੀ ਦੇਣੀ ਚਾਹੁੰਦੇ ਸੀ ਇੱਕ ਜੀ ਬਈ ਇੱਕ ਕਿਉਂਕਿ ਹਰ ਇੱਕ ਮੁੰਡੇ ਤੇ ਕੁੜੀ ਦੀ ਇੱਛਾ ਹੁੰਦੀ ਆ ਵੀ ਅਸੀਂ ਬਾਈ ਨਾਲ ਪਿਕ ਕਰਵਾਈਏ ਡਿਮਾਂਡ ਵੀ ਸੀ ਇਹ ਚੀਜ਼ ਦੀ ਠੀਕ ਹੈ ਜੀ ਅਸੀਂ ਉਸੇ ਡਿਮਾਂਡ ਨੂੰ ਵੀ ਪੂਰਾ ਕੀਤਾ ਤੇ ਆਪਣੇ ਵੱਲੋਂ ਇਸ ਸਾਲ ਇਹ ਵੀਰ ਹੋਰਾਂ ਨੂੰ ਸਰਧਾਂਜਲੀ ਵੀ ਦਿੱਤੀ ਹੈ ਵੀਰੇ ਠੀਕ ਹੈ ਜੀ ਬਹੁਤ ਵਧੀਆ ਸੋਚ ਆ ਬਈ ਤੁਹਾਡੀ ਇਹ ਤੇ ਬਣਾਇਆ ਵੀ ਬਹੁਤ ਵਧੀਆ ਬਈ ਕਿਹ ਕਿਹੜੇ ਵੀਰ ਦੀ ਪੇਂਟਿੰਗ ਹੈ ਇਹ ਇਹ ਵੀਰੇ ਰੱਬੀ ਆ ਮੁੰਡਾ ਤਨੌਲੇ ਤੋਂ ਵੀਰੇ ਠੀਕ ਹੈ ਜੀ ਉਹਨਾਂ ਦਾ ਬਣਾਇਆ ਹੋਇਆ ਹੈ ਵੀਰੇ ਇਹ ਠੀਕ ਹੈ ਜੀ ਬਹੁਤ ਸੋਹਣੀ ਬਈ ਨੇ ਹਨਾ ਪੇਂਟਿੰਗ ਕੀਤੀ ਹੈਗੀ ਏ ਬਈ ਸਾਰਾ ਪਹਾੜੀ ਏਰੀਆ ਆ ਗਿਆ ਇਹ ਸਾਰਾ ਪਹਾੜੀ ਏਰੀਆ ਟੱਚ ਦੇਣ ਦੀ ਕੋਸ਼ਿਸ਼ ਕੀਤੀ ਆ ਠੀਕ ਆ ਆ ਲੇ ਲਦਾਖ ਵਾਲੇ ਉਹ ਟੰਗੇ ਹੋਏ ਨੇ ਹਣਾ ਵੀ ਹਾਂਜੀ ਹਾਂਜੀ ਕਲਰ ਕਲਰਫੁੱਲ ਹਾਂਜੀ ਵੀਰੇ ਹਾਂਜੀ ਤੇ ਉਧਰ ਬਈ ਬੈਕ ਸਾਈਡ ਤੇ ਆਪਾਂ ਦੇਖ ਰਹੇ ਹਾਂ ਉਹ ਵੀ ਸਾਰੇ ਵੀ ਇਸ ਤਰ੍ਹਾਂ ਹੀ ਸੈੱਟ ਨੇ ਉਹ ਵਾਈਟ ਜਿਵੇਂ ਉਹ ਰੂਸ ਵਾਲਾ ਸੈੱਟ ਆ ਵੀਰੇ ਠੀਕ ਆ ਜੀ ਇਹ yellow ਆ ਫੇਰ ਜੈਪੁਰੀ ਸੈੱਟ ਆ ਗਿਆ blue ਵੀਰੇ ਠੀਕ ਆ ਜੀ ਉਹ pink ਵਾਲੇ ਸਾਰੇ ਇਸ ਤਰ੍ਹਾਂ ਹੀ ਨੇ ਇਹ ਨਾਈਟ ਵਾਲੇ ਜ਼ਿਆਦਾ ਸੈੱਟ ਹੁੰਦੇ ਨੇ ਵਿੱਚ ਵੀਰੇ ਠੀਕ ਆ ਜੀ ਤੇ ਇਹ ਵੀ ਬਾਈ ਤੁਸੀਂ ਤੇ ਬਈ ਇਹ ਕਿੰਨੇ ਏਰੀਆ ਚ ਆ ਗਿਆ ਟੋਟਲ ਇਹ 3 ਏਕੜ ਚ ਬਣਿਆ ਹੋਇਆ ਵੀਰੇ 3 ਏਕੜ ਚ ਬਣਿਆ ਹਾਂਜੀ ਹਾਂਜੀ ਤੇ ਬਹੁਤ ਵੱਡੀ ਗੱਲ ਆ ਬਾਈ ਤੇ ਬਈ ਫਿਰ ਪਰਿਵਾਰ ਨੇ ਸਾਥ ਦਿੱਤਾ ਉਦੋਂ ਜਦੋਂ ਫਿਰ ਕਹਿੰਦੇ ਆਪਣੇ ਪਿੰਡਾਂ ਦੇ ਤਾਂ ਕਹਿੰਨਾਂ ਉਹਨਾਂ ਕਨਾਲ ਚ ਰਕਤ ਲਾ ਲਈ ਸਾਰਾ ਨੰਬਰ ਕਹਿੰਦਾ ਯਾਰ ਤੂੰ ਕਿੱਧਰ ਰਕਤ ਲਾ ਲਈ ਰਕਤ ਮਾਰਦਾ ਕਹਿੰਦੇ ਹੁੰਦੇ ਨੇ ਵੀਰੇ ਚਲੋ ਫੇਰ ਚਲੋ ਨਾਲ ਚੱਲ ਪੈਂਦੇ ਹੁੰਦੇ ਨੇ ਠੀਕ ਹੈ ਜੀ ਇੱਕ ਵਾਰ ਤਾਂ ਨਾ ਕਹਿੰਦੇ ਹੁੰਦੇ ਨੇ ਹਾਂ ਕਿਉਂਕਿ ਆਪਣੇ ਜ਼ਿਆਦਾਤਰ ਨਾਲ ਆਪਣੇ ਪਿੰਡਾਂ 'ਚ ਬਿਜ਼ਨਸ ਨੂੰ ਥੋੜਾ ਜਿਆਦਾ ਤਰਜੀਹ ਘੱਟ ਦਿੰਦੇ ਨੇ ਹਾਂਜੀ ਹਾਂਜੀ ਕਿਰਾਂ-ਕਿਰਾਂ ਦਾ ਆਪਣੇ ਜਿਹੜੇ ਮਤਲਬ ਫੈਮਲੀਆਂ ਨੇ ਰੋਗਦੀ ਨੇ ਵੀ ਨਾ ਯਾਰ ਤੂੰ ਪੰਗਾ ਨਾ ਲੈ ਤੇ ਬਈ ਹੁਣ ਡਿਸੀਜਨ ਤੋਂ ਖੁਸ਼ ਹਾਂ ਹੁਣ ਤਾਂ ਵਧੀਆ ਮਤਲਬ ਹਾਂਜੀ ਡਿਸੀਜਨ ਤੋਂ ਖੁਸ਼ ਹਾਂਗੇ ਵੀਰੇ ਕਿਉਂਕਿ ਆਪਣਾ ਮੇਨ ਮਕਸਦ ਆ ਵੀ ਘੱਟ ਪੈਸਿਆਂ 'ਚ ਵਧੀਆ ਚੀਜ਼ ਪ੍ਰੋਵਾਈਡ ਕਰਾਈ ਜਾਵੇ ਮੇਨ ਆਪਣਾ ਜਿਹੜਾ ਇਹੀ ਆ ਵੀਰੇ ਠੀਕ ਹੈ ਜੀ ਉਹ ਆਪਾਂ ਉਹੀ ਕੋਸ਼ਿਸ਼ ਲੱਗੇ ਹੋਿਆਂਗੇ ਠੀਕ ਹੈ ਜੀ ਹ ਕੌਕੀ ਵੀ ਜ਼ਿਆਦਾ ਪੈਸੇ ਨਾ ਖਰਚਣੇ ਪੈਣ ਜਿਹੜੇ ਹਰੇਕ ਦਾ ਸੁਪਨਾ ਪੂਰਾ ਹੋ ਸਕੇ ਵੀਰੇ ਪ੍ਰੀ ਵੈਡਿੰਗ ਦਾ ਠੀਕ ਹੈ ਜੀ ਇਹ ਚੀਜ਼ ਆ ਵੀਰੇ ਇਹ ਬਈ ਬਹੁਤ ਮੈਂ ਵੀ ਦੇਖ ਰਿਹਾ ਕਿਉਂਕਿ ਮੈਂ ਜਾਨਣਾ ਰਹਿਣਾ ਹਾਂਜੀ ਲੋਕੇਸ਼ਨਾਂ ਦੇ 25 25 35 35000 ਰੁਪਏ ਲੈਂਦੇ ਨੇ ਹਾਂਜੀ ਹਾਂਜੀ ਪਰ ਜਿਹੜੇ ਤੁਹਾਡੇ ਰੇਟ ਨੇ ਹਾਂਜੀ ਮਤਲਬ ਮੈਨੂੰ ਵੀ ਹੈਰਾਨੀ ਹੋ ਗਈ ਯਾਰ ਮਾਹ ਬਈ ਇੰਨੇ ਘੱਟ ਚ ਤੇ ਨਾਲੇ ਤੁਸੀਂ 3 ਏਕੜ ਚ ਬਣਾਇਆ ਤੁਸੀਂ ਸਾਰਾ ਸੈਟਅਪ ਖੜਾ ਕੀਤਾ ਖੜਾ ਕੀਤਾ ਵੀਰੇ ਕਈਆਂ ਕੋਲ ਕੁਛ ਨਾ ਕੁਛ ਪਹਿਲਾਂ ਬਣੇ ਉਹਨੂੰ ਮੋਡੀਫਾਈ ਕਰਕੇ ਬਣਾਇਆ ਹੋਇਆ ਪਰ ਤੁਸੀਂ ਸਾਰਾ ਟੋਟਲੀ ਖੜਾ ਕੀਤਾ ਵੀ ਇਹ ਕਿਹੜੀ ਲੋਕੇਸ਼ਨ ਆ ਗਈ ਇਹ ਲੁੱਕ ਇਹ ਵੀਰੇ ਚ ਪਾਣੀ ਭਰਿਆ ਹੁੰਦਾ ਇਹ ਦਾ ਇਹ ਪੋਲ ਸਾਈਡ ਇਹ ਪਹਾੜ ਹਲਾ ਠੀਕ ਆ ਸੈਟ ਆ ਗਿਆ ਠੀਕ ਆ ਜੀ ਉਹ ਜਿਹੜੇ ਪੂਲੇ ਟਾਈਪ ਨੇ ਵੀਰੇ ਰਾਤ ਨੂੰ ਉਹਨਾਂ ਦੇ ਵਿੱਚ ਸਾਰੀ ਲਾਈਟਿੰਗ ਹੁੰਦੀ ਆ ਠੀਕ ਆ ਜੀ ਤੇ ਰਾਤ ਨੂੰ ਇਹਨਾਂ ਨੇ ਲਾਈਟਿੰਗ ਨੇ ਚੱਲਣਾ ਹੁੰਦਾ ਵੀਰੇ ਜੰਗਲ ਦਾ ਹੋ ਬਣ ਗਿਆ ਹੁੰਦਾ ਹਨਾ ਲੁੱਕ ਹਾਂਜੀ ਹਾਂਜੀ ਵੀਰੇ ਤੇ ਬਹੁਤ ਵਧੀਆ ਬਈ ਸਭ ਤੋਂ ਵੱਧ ਜਿਹੜੀ ਜੇ ਕਹੀ ਦੀ ਆਪਾਂ ਗੱਲ ਕਰੀ ਕਿਹੜੀ ਲੋਕੇਸ਼ਨ ਦੀ ਡਿਮਾਂਡ ਰਹਿੰਦੀ ਆ ਸਭ ਤੋਂ ਜ਼ਿਆਦਾ ਵੀਰੇ ਕੱਚੇ ਘਰਾਂ ਦੀ ਅੱਛਾ ਕੱਚੇ ਘਰਾਂ ਦੀ ਹਾਂ ਇਹ ਆਪਾਂ ਪਿੰਡ ਦੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਆ ਵੀਰੇ ਕਿਉਂਕਿ ਆਮ ਲੋਕੇਸ਼ਨਾਂ ਤੇ ਵੱਧ ਤੋਂ ਵੱਧ ਸਾਨੂੰ ਇੱਕ ਕੱਚਾ ਘਰ ਮਿਲੂਗਾ ਠੀਕ ਹੈ ਜੀ ਇਹ ਆਪਾਂ ਇੱਕ ਹਵੇਲੀ ਟਾਈਪ ਲੱਗ ਬਣਾਉਣ ਦੀ ਕੋਸ਼ਿਸ਼ ਕੀਤੀ ਐ ਇਸ ਤੋਂ ਬਿਨਾ ਤਿੰਨ ਕੱਚੇ ਘਰ ਹੋਰ ਨੇ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਇਹ ਚ ਤਾਂ ਬਈ ਜਿਵੇਂ ਹਨਾ ਪਹਿਲੀ ਗੱਲ ਤਾਂ ਇਹ ਵੀ ਬਹੁਤ ਵਧੀਆ ਲੱਗਿਆ ਮੈਨੂੰ ਕਿਉਂਕਿ ਮੇਰੇ ਘਰਾਂ ਦੀ ਜਿਆਦਾਤਰ ਪ੍ਰਾਤਨ ਵੀਡੀਓ ਪਾਉਣਾ ਇਹ ਚ ਤੁਸੀਂ ਜਿਵੇਂ ਪਹਿਲਾਂ ਦਰਵਾਜ਼ੇ ਹੁੰਦੇ ਸੀ ਹਨ ਕੱਲਾ ਸੇਪਲ ਗੇਟ ਵਾਲਾ ਉਹ ਦਰਵਾਜ਼ਾ ਰੱਖਿਆ ਹਨ ਤੇ ਫਿਰ ਅੱਗੇ ਆਹ ਕਲਰਫੁੱਲ ਕਰਕੇ ਪੂਰਾ ਇਹ ਆ ਗਈ ਹਵੇਲੀ ਆਪਣੀ ਠੀਕ ਆ ਬਈ ਤੇ ਇਹ ਅਲੱਗ ਕਰ ਰੱਖਿਆ ਇੱਕ ਇਹ ਸਾਰੇ ਕੱਚੇਕਰ ਨੇ ਇਹਨਾਂ ਦੇ ਵੀਰੇ ਜਿਹੜੀਆਂ ਗੇਟ ਗੂਟ ਨੇ ਇਹ ਵੀ ਆਪਾਂ ਸਪੈਸ਼ਲੀ ਲੈ ਕੇ ਆਏਗੇ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਜੀ ਤੇ ਇਹ ਬਈ ਸਾਰਾ ਫਿਰ ਤੁਹਾਡੀ ਆਈਡੀ ਅਸੀਂ ਵੀ ਆਪਾਂ ਐ ਬਣਾਉਣਾ ਆ ਚੀਜ਼ਾਂ ਐ ਬਣਾਉਣੀਆਂ ਹਾਂਜੀ 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 ਵੀਰੇ ਠੀਕ ਹੈ ਜੀ ਇਸ ਤਰ੍ਹਾਂ ਕੱਚੇ ਘਰ ਹੋਣੇ ਚਾਹੀਏ ਦੇਖੋ ਮਿੱਤਰੋ ਬਹੁਤ ਸੋਹਣਾ ਬਾਈ ਨੇ ਨਾ ਜਿਵੇਂ ਪਹਿਲਾਂ ਹੁੰਦੇ ਸੀ ਨਾ ਕੱਚੇ ਘਰ ਹਰ ਇੱਕ ਚੀਜ਼ ਉਵੇਂ ਬਰੀਕੀ ਨਾਲ ਕੰਮ ਕੀਤਾ ਤੇ ਬਈ ਇਹ ਬਾਕੀ ਕੱਚਾ ਹੈ ਕਿ ਫਿਰ ਉਹ ਇਟਾਂ ਦੇ ਬਣਾ ਕੇ ਉੱਤੇ ਮਿੱਟੀ ਲਾਈ ਹੋਈ ਆ ਹਾਂ ਇਹ ਵੈਸੇ ਉੱਤੇ ਮਿੱਟੀ ਲਾਈ ਹੋਈ ਆ ਵੀਰੇ ਕਿਉਂਕਿ ਉਹ ਤਾਂ ਫਿਰ ਮੀਂਹ ਦੇ ਵਿੱਚ ਖੱਟਦੇ ਨਹੀਂ ਨਾ ਖੱਟਦੇ ਨਹੀਂ ਹਾਂ ਪਰ ਲੌਂਗ ਟਰਮ ਨਹੀਂ ਨਾ ਉਹ ਸਹਿੰਦੇ ਹਨਾ ਜੀ ਤੇ ਦੇਖੋ ਜੀ ਆ ਆ ਟਾਕੀ ਵੀ ਬਾਈ ਬਹੁਤ ਕਮਾਲੇ ਕਿੱਥੋਂ ਲੈ ਕੇ ਆਏ ਬਾਈ ਟਾਕੀ ਇਹ ਵੀਰੇ ਟਾਕੀਆਂ ਹੀ ਲੱਭੀਆਂ ਨੇ ਸਾਰੀਆਂ ਔਲੀ ਔਲੀ ਬਈਆਂ ਤਾਂ ਬਹੁਤ ਪੁਰਾਣੀਆਂ ਹਨਾ ਚੀਜ਼ ਆ ਦੇਖੋ ਬਈ ਲ ਲੱਕੜ ਦਾ ਕੰਮ ਜਿਵੇਂ ਮੈਂ ਜ਼ਿਆਦਾਤਰ ਦੇਖਦਾ ਬਈ ਨਾ ਪ੍ਰਤਨ ਅਸੀਂ ਵੀਡੀਓ ਪਾਉਣੇ ਆ ਹਾਂਜੀ ਹਾਂਜੀ ਤੇ ਬਹੁਤ ਡਿਮਾਂਡ ਰਹਿੰਦੀ ਆ ਚੀਜ਼ ਦੀ ਤਾਂ ਵੀ ਐਸ ਤਰ੍ਹਾਂ ਦੀ ਟਾਕੀ ਜਾਂ ਲੱਕੜ ਵਾਲੇ ਪੀਸ ਮਿਲ ਜਾਣ ਹਾਂਜੀ ਇਹ ਗੇਟ ਸਾਰੇ ਇਸ ਤਰ੍ਹਾਂ ਹੀ ਲੱਬੇ ਹੋਏ ਨੇ ਆ ਜਿਹੜੇ ਗੇਟ ਨੇ ਠੀਕ ਹੈ ਜੀ ਇਹ ਵੀ ਸਾਰੇ ਕੋਕਿਆਂ ਵਾਲੇ ਪੁਰਾਣੇ ਇਸ ਤਰ੍ਹਾਂ ਦੇ ਗੇਟ ਨੇ ਠੀਕ ਹੈ ਜੀ ਇਹ ਚ ਵੀ ਬਾਈ ਹਨਾ ਮੈਂ ਦੇਖ ਰਿਹਾ ਲਾਈਟਿੰਗ ਵਗੈਰਾ ਦਿੱਤਾ ਹੋਇਆ ਹੈ ਇਹ ਰਾਤ ਨੂੰ ਵੀਰੇ ਚੱਲਦੀ ਆਗੇ ਇਹ ਸਾਰੀ ਇਹ ਜਿਹੜੀ ਇਹਨਾਂ ਦੇ ਵਿੱਚ ਲਾਈਟਿੰਗ ਆ ਜੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਬਈ ਇੱਧਰ ਭਾਂਡੇ ਵਗੈਰਾ ਵੀ ਆਪਾਂ ਸਾਰੇ ਦੇਖ ਸਕਦੇ ਆ ਤੇ ਬਹੁਤ ਵੱਖਰੇ ਤਰੀਕੇ ਨਾਲ ਬਾਈ ਹੋਰਾਂ ਨੇ ਡਿਜ਼ਾਈਨ ਕੀਤਾ ਤੇ ਕਹਿੰਦੇ ਕਾਫੀ ਅਸੀਂ ਸਟੱਡੀ ਕੀਤੀ ਪਹਿਲਾਂ ਵੀ ਡਿਮਾਂਡ ਕੀ ਰਹਿੰਦੀ ਆ ਤੇ ਖੂਬ ਹੀ ਦੇਖੋ ਜਿਵੇਂ ਜ਼ਿਆਦਾਤਰ ਆਪਾਂ ਦੇਖਦੇ ਆ ਬਸ ਸਿੰਪਲ ਹੁੰਦਾ ਬਾਈ ਹੋਰਾਂ ਨੇ ਛੋਟੀ ਇੱਟ ਦਾ ਸਰਾਂ ਦੀ ਇੱਟ ਕਹਿ ਸਕਦੇ ਆ ਉਹਦਾ ਖੂਬ ਬਣਾਇਆ ਜਿਵੇਂ ਪਹਿਲਾਂ ਹੁੰਦਾ ਜਮਾਂ ਜਿਹਨੂੰ ਹਣੋਂਵੇਂ ਕੰਮ ਕੀਤਾ ਹੋਇਆ ਹੈ ਨਾ ਬਈ ਹਾਂਜੀ 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 ਵੀਰੇ ਤੇ ਹਰ ਇੱਕ ਚੀਜ਼ ਦੇਖੋ ਜੀ ਆ ਸਾਰੇ ਤੁਸੀਂ ਭਾਂਡੇ ਵਗੈਰਾ ਪਿੱਤਲ ਦੇ ਦੇਖ ਸਕਦੇ ਹੋ ਜੀ ਰਸੋਈ ਦਾ ਡਿਜ਼ਾਈਨ ਬਲਾ ਜੇ ਆਪਾਂ ਸੋਚੀ ਬਈ ਹੈਨਾ ਬਈ ਪ੍ਰੀ-ਵਾਰਡ ਸ਼ੂਟ ਦਾ ਕੋਈ ਵੀ ਸੀਨ ਲੈਣਾ ਕੋਈ ਫੋਟੋ ਲੈਣੀ ਹੈ ਗਾਣਾ ਕਰਨਾ ਹਰ ਇੱਕ ਚੀਜ਼ ਤੁਹਾਡੇ ਕੋਲੇ ਅਵੇਲੇਬਲ ਹੈ ਹਾਂਜੀ ਵੀਰੇ ਹਰ ਇੱਕ ਚੀਜ਼ ਇਸ ਤੋਂ ਬਿਨਾ ਵੀਰੇ ਟਰੈਕਟਰ ਜੀਪ ਬੋਲਟ ਘੋੜੀ ਸਾਰਾ ਕੁਝ ਆਪਣੇ ਕੋਲ ਇਹ ਚੀਜ਼ਾਂ ਮਿਲਣਗੀਆਂ ਵੀਰੇ ਸੋਨੂੰ ਠੀਕ ਹੈ ਜੀ ਉਹ ਐਕਸਟਰਾ ਉਹਦੇ ਵੀ ਕੋਈ ਚਾਰਜਸ ਅਲੱਗ ਹੁੰਦੇ ਨਹੀਂ ਉਹ ਐਕਸਟਰਾ ਨਹੀਂ ਹੁੰਦੇ ਵੀਰੇ ਪਿੱਛੇ ਹੁੰਦੇ ਨੇ ਅੱਛਾ ਵਿਚੇ ਤਾਂ ਇਹ ਨੀਗਾ ਆਪਾਂ 12 ਘੰਟੇ ਦਿੰਨੇ ਆ 8 ਤੋਂ ਸਵੇਰੇ 8 ਤੋਂ ਰਾਤ 8 ਵਜੇ ਤੱਕ ਵੀਰੇ ਰਾਤ 8 ਵਜੇ ਤੱਕ ਹਾਂਜੀ ਹਾਂਜੀ ਠੀਕ ਆ ਬਾਈ ਜੇ ਕੋਈ ਵਾਰ ਕੋਈ ਲੇਟ ਕਰਨਾ ਹੁੰਦਾ ਕਿਸੇ ਨੇ ਜਾਂ ਰਾਤ ਦਾ ਕੋਈ ਉਹ ਥੋੜਾ ਮੋਟਾ ਅਡਜਸਟ ਹੋ ਜਾਂਦਾ ਹੁੰਦਾ ਟਾਈਮਿੰਗ ਦਾ ਵੀਰੇ ਠੀਕ ਆ ਬਾਈ ਉਹ ਕੋਈ ਚੱਕਰ ਨਹੀਂ ਹੈਗਾ ਬਾਈ ਇਹ ਵੀ ਬਹੁਤ ਵਧੀਆ ਗੱਲ ਲੱਗੀ ਤੇ ਇੱਕ ਬਈ ਖਾਣ ਪੀਣ ਦਾ ਵੀ ਦੱਸ ਦੋ ਥੋੜਾ ਜਿਹਾ ਇੱਥੇ ਕੰਟੀਨ ਬਣੀ ਹੋਈ ਆ ਵੀਰੇ ਇੱਥੇ ਖਾਣ ਪੀਣ ਨੂੰ ਸੋਨ ਚਾਹ ਕੌਫੀ ਰੋਟੀ ਸਾਰਾ ਕੁਝ ਵੀਰੇ ਦੱਸ ਸਾਰਾ ਕੁਝ ਬੱਲੇ ਬੱਲੇ ਹਾਂਜੀ ਹਾਂਜੀ ਠੀਕ ਆ ਬਾਈ ਹੋਰ ਬਈ ਕੋਈ ਦਰਸ਼ਕਾਂ ਦੇ ਜੇ ਕਿਸੇ ਨੇ ਸੋਚਿਆ ਹੁੰਦਾ ਕਉਂਕਿ ਹੁਣ ਆਫ ਸੀਜ਼ਨ ਇਸ ਦੋ ਵਾਰ ਨਾਲ ਦੀ ਨਾਲ ਹੀ ਚੱਲ ਪੈਣਾ ਤੇ ਵਿਹਾਨਾ ਸਿਸਟਮ ਤੇ ਦਰਸ਼ਕਾਂ ਨੇ ਆਉਣਾ ਕੋਈ ਹੋਰ ਉਹਨਾਂ ਦੇ ਧਿਆਨ ਜੋਗ ਗੱਲ ਕਿਸੇ ਨੇ ਵੀ ਵੀਰੇ ਵੈਸੇ ਵੀ ਆਪਣਾ ਨਾ ਪੋਸਟ ਵਾਇਡਿੰਗ ਕਰਨੀ ਆ ਜਾਂ ਬਰਥਡੇ ਸ਼ੂਟ ਕਰਨਾ ਜੀ ਕੋਈ ਹੋਰ ਵੀ ਕਿਸ ਤਰ੍ਹਾਂ ਦਾ ਵੀ ਸ਼ੂਟ ਕਰਨਾ ਚਾਹੁੰਦੇ ਕੋਈ ਸਿਲਵਰ ਜੋਲੀ ਆਪਦੀ ਮਨਾਉਣਾ ਚਾਹੁੰਦਾ ਕੁਝ ਵੀ ਵੀਰੇ ਸਾਰਾ ਬਲੇਵਲ ਆਪਣੇ ਸਾਰੇ ਆਪਣੇ ਕੋਲੇ ਅਵੇਲੇਬਲ ਆ ਠੀਕ ਹੈ ਹਾਂਜੀ ਤੇ ਸਭ ਤੋਂ ਵੱਡੀ ਗੱਲ ਆ ਵੀ ਬਹੁਤ ਘੱਟ ਖਾਚੇ ਦੇ ਵਿੱਚ ਹਾਂਜੀ ਹਾਂਜੀ ਤੇ ਬਾਈ ਬਹੁਤ ਵਧੀਆ ਲੱਗਿਆ ਤੇ ਬਾਈ ਲੋਕੇਸ਼ਨ ਤੇ ਮੋਬਾਈਲ ਨੰਬਰ ਜਰੂਰ ਦੱਸ ਦੋ ਦੁਬਾਰਾ ਆਪਣਾ ਵੀਰੇ ਜਿਹੜੀ ਇਹ ਲੋਕੇਸ਼ਨ ਆ ਇਹ ਤਨੌਲੇ ਦੀਪਕਟਾ ਬੇ ਕੋਲੇ ਆ ਜਿਲ੍ਹਾ ਬਰਨਾਲਾ ਉਤੋਂ ਤਨੌਲਾ ਪੀਖੀ ਰੋਡ ਤੇ ਆ ਪਿੰਡ ਕਿਹੜਾ ਆਗੇ ਵੀ ਇਹ ਪਿੰਡ ਕਾਲੇ ਕੀ ਆ ਵੀਰੇ ਕਾਲੇਵਨ ਪਿਕਚਰ ਲੋਕੇਸ਼ਨ ਇਹਦਾ ਨਾਮ ਆਗਾ ਇੰਸਟਾਗ੍ਰam ਪੇਜ ਵੀ ਹੈਵਨ ਪਿਕਚਰ ਲੋਕੇਸ਼ਨ ਹੈ ਮੇਰਾ ਨੰਬਰ 9465514285 ਵੀਰੇ 14285 ਹਾਂਜੀ ਹਾਂਜੀ ਵੀਰੇ ਠੀਕ ਆ ਬਾਈ ਦੋਸਤ ਤੇ ਬਹੁਤ ਵਧੀਆ ਬਾਈ ਹੋਰਾਂ ਨੇ ਲੋਕੇਸ਼ਨ ਤੇ ਸੈਟਅਪ ਤਿਆਰ ਕੀਤਾ ਹੋਇਆ ਹਰ ਇੱਕ ਮਤਲਬ ਜੋ ਤੁਸੀਂ ਸੋਚਦੇ ਹੋ ਮਤਲਬ ਮਾਡਰਨ ਪੁਰਾਤਨ ਤੇ ਜਾਂ ਜੰਗਲ ਵਾਲਾ ਜਾਂ ਪਹਾੜੀ ਏਰੀਆ ਵਾਲਾ ਜਾਂ ਮਤਲਬ ਕਿਸੇ ਵੀ ਤਰ੍ਹਾਂ ਦਾ ਤੁਸੀਂ ਜਿਹੜਾ ਦਿਮਾਗ ਚ ਵੀ ਆਪਾਂ ਆ ਫੋਟੋ ਕਰਨੀ ਆ ਤਾਂ ਉਹ ਵੀ ਮਿਲੂਗਾ ਜਿਵੇਂ ਬਾਈ ਉਹਨਾਂ ਨੇ ਇੱਥੇ ਬਾੜ ਵੀ ਉਸ ਤਰੀਕੇ ਨਾਲ ਕੀਤੀ ਹੋਈ ਆ ਵੀ ਪੁਰਾਣੇ ਹਿਸਾਬ ਨਾਲ ਮਤਲਬ ਹਰ ਇੱਕ ਚੀਜ਼ ਦੀ ਅਵੇਲੇਬਿਲਟੀ ਹੈਗੀ ਵੀਰੋ ਉਹਨਾਂ ਕੋਲੇ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਚੀਜ਼ ਤੇ ਮੈਂ ਫੋਕਸ ਕਰ ਰਿਹਾ ਤੁਸੀਂ ਆਖੋਗੇ ਵੀ ਬਾਈ ਯਾਰ ਕਾਫੀ ਜਗ੍ਹਾ ਤੇ ਹੋਰ ਵੀ ਬਣੀਆਂ ਹੋਈਆਂ ਚੀਜ਼ਾਂ ਪਰ ਰੇਟ ਦਾ ਦਿਨ ਰਾਤ ਦਾ ਫਰਕ ਆ ਤੁਸੀਂ ਬਾਈ ਹੋਰਾਂ ਨਾਲ ਕੰਟੈਕਟ ਕਰੋਗੇ ਤੁਹਾਨੂੰ ਆਪ ਪਤਾ ਲੱਗੂਗਾ ਚਾਹੇ ਕਿਤੇ ਵੀ ਤੁਸੀਂ ਰੇਟ ਪਤਾ ਕਰ ਲਿਓ ਪਰ ਜੇ ਬਾਈ ਹੋਰਾਂ ਤੋਂ ਘੱਟ ਰੇਟ ਦਿੱਤਾ ਕਿਸੇ ਨੇ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ ਤੇ ਬਾਈ ਹੋਰਾਂ ਨਾਲ ਜਿਵੇਂ ਦੇਖਿਆ ਬਿਲ ਬੁੱਕ ਤਾਂ ਮੈਂ ਹੈਰਾਨ ਰਹਿ ਗਿਆ ਵੀ ਉੱਥੇ ਇਕੱਲਾ ਘੋੜੇ ਟਰੈਕਟਰਾਂ ਦੇ ਰੁਪਏ ਲੈ ਲੈਂਦੇ ਉਹਨੇ ਚ ਤਾਂ ਬਾਈ ਹੋਰ ਇੱਥੇ ਪ੍ਰਾਈਵੇਟ ਸ਼ੂਟ ਕਰਾਉਂਦੇ ਨੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੀਵਰ ਸ਼ੂਟ ਜਾਂ ਕੋਈ ਬਰਥਡੇ ਪਾਰਟੀ ਜਾਂ ਕੋਈ ਵੀ ਸੈਲੀਬ੍ਰੇਸ਼ਨ ਕਰਨਾ ਤਾਂ ਵੀਰ ਹੋਰਾਂ ਨੂੰ ਇੱਕ ਵਾਰ ਜਰੂਰ ਮੌਕਾ ਦਿਓ ਤੇ ਬਾਈ ਹੋਰਾਂ ਦੀ ਲੋਕੇਸ਼ਨ ਵੀ ਇੱਕ ਖੇਤਾਂ ਦੇ ਵਿੱਚ ਜਮਾ ਖੁੱਲੇ ਏਰੀਆ ਚ ਬਣੀ ਹੋਈ ਆ ਕੋਈ ਸ਼ੋਰ ਸ਼ਰਾਬਾ ਕੋਈ ਟੈਨਸ਼ਨ ਨਹੀਂ ਹੈਗੀ ਖਾਣ ਪੀਣ ਦਾ ਸਾਰਾ ਪ੍ਰਬੰਧ ਹੈਗਾ ਤੇ ਲੋਕੇਸ਼ਨਾਂ ਸਾਰੇ ਤਰ੍ਹਾਂ ਦੀਆਂ ਹੈਗੀਆਂ ਨੇ ਤੇ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਲੋਕੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੋ